ਅੱਜ ਪਿੰਡ ਖੋਤਰਾ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਦੇ NCC ਯੂਨਿਟ ਵੱਲੋਂ ਵਿਸ਼ੇਸ਼ ਤੌਰ 'ਤੇ ਜਿਹੜਾ ਪਿੰਡਾਂ ਵਿੱਚ ਹਰਿਆਵਲੀ ਲਿਆਉਣ ਦੇ ਲਈ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਉਹਦੇ ਤਹਿਤ ਅੱਜ ਪਿੰਡ ਖੋਤਰਾ ਪਹੁੰਚੇ ਨੇ। ਅਸੀਂ ਪਿੰਡ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਕਮਲਾ ਨਹਿਰੂ ਪਬਲਿਕ ਸਕੂਲ ਦੇ ਸਮੂਹ ਪ੍ਰਿੰਸੀਪਲ ਸਟਾਫ ਮੈਂਬਰ ਔਰ NCC ਦੇ ਸਾਰੇ ਜਿਹੜੇ ਕੈਡਿਟ ਆਏ ਨੇ ਉਹਨਾਂ ਦਾ ਪਿੰਡ ਪਹੁੰਚੇ ਅਤੇ ਉਹਨਾਂ ਦਾ ਵੈਲਕਮ ਕਰਦੇ ਹਾਂ ਕਿ ਜਿਹੜਾ ਅੱਜ ਦਾ ਨੌਜਵਾਨ ਹੈ ਉਹ ਦੇਸ਼ ਦਾ ਫਿਊਚਰ ਹੈ। ਅੱਜ ਦੇਸ਼ ਔਰ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ ਹੈ, ਹਵਾ ਖਰਾਬ ਹੋ ਰਹੀ ਹੈ, ਵਾਤਾਵਰਨ ਖਰਾਬ ਹੋ ਰਿਹਾ ਹੈ, ਉਹਨੂੰ ਸ਼ੁੱਧ ਕਰਨ ਦੇ ਲਈ ਹਰਿਆਵਲੀ ਜ਼ਰੂਰੀ ਹੈ। ਉਹਦੇ ਤਹਿਤ ਜਿਹੜੇ ਨੇ ਜਿੱਥੇ ਅੱਜ ਉਹ ਪਿੰਡ ਦੀ ਸਫਾਈ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਜਿਹੜੇ ਵਿਸ਼ੇਸ਼ ਤੌਰ 'ਤੇ ਜਿਹੜੇ ਉਹਨਾਂ ਨੇ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਜਿਹੜੀ ਹੈ ਉਹ ਚਲਾਈ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਔਰ ਬਾਕੀ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੇ ਆਪਣੇ ਚੁਗਿਰਦੇ ਵਿੱਚ ਜਿਹੜੇ ਨੇ ਵਧੀਆ ਆਪਾਂ ਜਿੱਥੇ ਬੂਟੇ ਲਾਉਣੇ ਆ ਔਰ ਬੂਟੇ ਲਾਉਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਵੀ ਕਰਨੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਬੂਟੇ ਜਿਹੜੇ ਨੇ ਜਿਹੜੇ ਅੱਜ ਤੁਸੀਂ ਲਾ ਰਹੇ ਹੋ ਇਹਦੀ ਜਿਹੜੀ ਛਾਂ ਹੈ ਬਿਹਤਰ ਤੌਰ 'ਤੇ ਜਿਹੜੀ ਅਗਲੀ ਪੀੜ੍ਹੀ ਲਏਗੀ। ਇਸ ਕਰਕੇ ਅੱਜ ਦੇ ਇਸ ਮੌਕੇ 'ਤੇ ਸਾਰੇ ਮੈਂ NCC ਯੂਨਿਟ ਜਿਹੜਾ ਕਮਲਾ ਨਹਿਰੂ ਪਬਲਿਕ ਸਕੂਲ ਦੇ ਜਿਹੜੇ ਇੱਥੇ ਪਿੰਡ ਪਹੁੰਚੇ ਨੇ ਉਹਨਾਂ ਦਾ ਧੰਨਵਾਦ, ਉਹਨਾਂ ਦੇ ਸਟਾਫ ਮੈਂਬਰ ਔਰ ਸਮੁੱਚੇ ਜਿਹੜੇ ਸਟੂਡੈਂਟਸ ਆਏ ਨੇ ਇੱਥੇ ਉਹਨਾਂ ਦਾ ਧੰਨਵਾਦ। ਜੈ ਭੀਮ ਜੈ ਭਾਰਤ।